हेलो प्यारे बच्चे वेलकम टू द यूट्यूब चैनल लर्न विद हरविंदर इस वीडियो भी करा पी एस सी बी क्लास सिक्सथ इंग्लिश का लैसन नंबर थर्टीन जिसका नाँ है अटन विश जिसका अर्थ है कि एक भुली हुई इच्छा एक भुली हुई चाह या एक भुली हुई खाहिश प्यारे विद्यार्थीओ इस भी पहले इस पाठ को पढ़ा समझा तो इसत बाद क्वेश्चन आंसर बैक एक्सरसाइज करा पर शुरू कर तो संदेश ਇਸ ਤਰ੍ਹਾਂ ਦੇ ਹੋਰ ਵੀਡੀਓਸ ਸਮੇਂ ਸਿਰ ਪ੍ਰਾਪਤ ਕਰਨ ਲਈ ਸਬਸਕ੍ਰਾਈਬ ਕਰੋ YouTube ਚੈਨਲ ਲਰਨ ਵਿਦ ਹਰਵਿੰਦਰ ਸਰ ਤੇ ਸਭ ਤੋਂ ਪਹਿਲਾਂ ਸਿੱਖਦੇ ਆ ਔਖੇ ਸ਼ਬਦਾਂ ਦੇ ਅਰਥ ਸਟੇਅਰਡ ਸਟੇਅਰਡ ਦਾ ਅਰਥ ਹੁੰਦਾ ਤੱਕਿਆ ਜਾਂ ਦੇਖਿਆ ਏਜਿੰਗ ਏਜਿੰਗ ਦਾ ਅਰਥ ਹੁੰਦਾ ਉਮਰ ਦੇ ਨਾਲ ਵੱਡੇ ਹੋਣਾ ਜਾਂ ਬਜ਼ੁਰਗ ਹੋਣਾ ਕੈਟਾਰੈਕਟ ਕੈਟਾਰੈਕਟ ਇੱਕ ਅੱਖਾਂ ਦੀ ਬਿਮਾਰੀ ਹੁੰਦੀ ਹੈ ਜਿਸ ਨੂੰ ਮੋਤੀਆ ਕਿਹਾ ਜਾਂਦਾ ਹੈ ਐਂਗਜ਼ਾਇਟੀ ਐਂਗਜ਼ਾਇਟੀ ਦਾ ਅਰਥ ਹੁੰਦਾ ਚਿੰਤਾ ਰਿਕਵਰੀ रिकवरी ਦਾ ਅਰਥ ਹੁੰਦਾ ਮੋੜ ਸਿਹਤ ਦਾ ਠੀਕ ਹੋਣਾ ਬ੍ਰਿਮਿੰਗ ਉਸ ਦਾ ਅਰਥ ਹੁੰਦਾ ਭਰਿਆ ਹੋਣਾ ਕੌਨਫिडੈਂਟ ਕੌਨਫिडੈਂਟ ਹੁੰਦਾ ਵਿਸ਼ਵਾਸ ਜਾਂ ਭਰੋਸਾ ਮੈਟਰਸ ਮੈਟਰਸ ਦਾ ਅਰਥ ਹੁੰਦਾ ਮਾਮਲੇ ਟ੍ਰਾਂਸਪੋਰਟ ਜਿਸ ਦਾ ਅਰਥ ਹੈ ਆਵਾਜਾਈ ਬਾਦਰ ਬਾਦਰ ਦਾ ਅਰਥ ਹੁੰਦਾ ਤੰਗਿਆ ਪਰੇਸ਼ਾਨ ਕਰਨਾ ਬਰਡਨ ਬਰਡਨ ਦਾ ਅਰਥ ਹੁੰਦਾ ਭਾਰ ਪਾਰਸ਼ੀਅਲ ਪਾਰਸ਼ੀਅਲ ਦਾ ਅਰਥ ਹੁੰਦਾ ਪੱਕਾ ਪਾਤ ਕਰਨਾ ਤੇ ਵਿਦਿਆਰਥੀਓ ਅੱਜ ਅਸੀਂ ਇੱਕ ਓਕੇ ਸ਼ਬਦ ਦਾ ਅਰਥ ਆਉਂ ਹੁਣ ਅਸੀਂ ਕਹਾਣੀ ਨੂੰ ਪੜ੍ਹਦੇ ਹਾਂ ਤੇ ਕਹਾਣੀ ਦਾ ਜਿਹੜਾ ਪਹਿਲਾ ਸੀਨ ਹੈ ਉਹ ਇਸ ਤਰ੍ਹਾਂ ਹੈ ਕਿ ਸਨੀ ਉਹ ਕੈਨੇਡਾ ਵਿੱਚ ਰਹਿੰਦਾ ਤੇ ਉਹ ਆਪਣੇ ਬਜ਼ੁਰਗ ਬੇਬੇ ਜੀ ਨਾਲ ਆਪਣੇ ਬਜ਼ੁਰਗ ਮਾਂ ਨਾਲ ਗੱਲ ਕਰ ਰਿਹਾ ਜੋ ਕਿ ਪੰਜਾਬ ਵਿੱਚ ਹੈ ਤੇ ਸਨੀ ਦੀ ਮਾਂ ਦੀ ਅੱਖਾਂ ਵਿੱਚ ਮੋਤੀਆ ਦੀ ਬਿਮਾਰੀ ਹੈ ਤੇ ਉਸ ਨੂੰ ਅੱਖਾਂ ਦਾ ਆਪਰੇਸ਼ਨ ਕਰਾਣਾ ਪਰ ਕਿਉਂਕਿ ਸਨੀ ਕੈਨੇਡਾ ਵਿੱਚ ਹੈ ਤੇ ਉਹ ਭਾਰਤ ਆ ਕੇ ਇੰਡੀਆ ਆ ਕੇ ਆਪਰੇਸ਼ਨ ਨਹੀਂ ਕਰਾ ਸਕਦਾ ਤੇ ਹੁਣ ਅਸੀਂ ਦੇਖਦੇ ਹਾਂ ਕਿ ਫੋਨ ਵਿੱਚ ਉਹ ਕੀ ਗੱਲ ਕਰ ਰਿਹਾ ਵੀਡੀਓ ਕਾਲ ਦੇ ਰਿਹਾ ਹੈ बेबी यू नीड एन आई सर्जरी हाउ आई विश आई कुड हैव बीन देयर फॉर यू सनी स्पोक एज़ ही वाज़ ट्राइंग टू कंट्रोल हिज टीयर्स ते सनी ਵੀਡੀਓ ਕਾਲ ਤੇ ਗੱਲ ਕਰ ਰਿਹਾ ਤੇ ਆਪਣੇ ਬੇਬੇ ਜੀ ਨੂੰ ਕਹਿ ਰਿਹਾ ਬੇਬੇ ਜੀ ਤੁਹਾਡੀਆਂ ਅੱਖਾਂ ਦਾ ਆਪਰੇਸ਼ਨ ਹੋਣਾ ਕਾਸ਼ ਮੈਂ ਤੁਹਾਡੇ ਨਾਲ ਹੁੰਦਾ ਤੇ सनी ਵੀਡੀਓ ਕਾਲ ਤੇ ਗੱਲ ਵੀ ਕਰ ਰਿਹਾ ਤੇ ਉਸ ਦੀ ਅੱਖਾਂ ਵਿੱਚੋਂ ਹੰਝੂ ਡਿੱਗ ਰਹੇ ਹਨ ਆਰ ਯੂ ਕ੍ਰਾਈਂਗ ਪੁੱਤਰ ਬੇਬੇ ਸਟੇਅਰਡ ਐਟ ਦ ਫੋਨ ਸਕਰੀਨ ਐਂਡ ਬੀਗਨ ਟੂ ਵੀਪ ਬੇਬੇ ਜੀ ਨੇ ਕਿਹਾ ਕਿ ਤੂੰ ਰੋ ਰਿਹਾ ਹੈ ਪੁੱਤਰ ਤੇ ਬੇਬੇ ਜੀ ਨੇ ਵੀ ਫੋਨ ਦੀ ਸਕਰੀਨ ਵੱਲ ਦੇਖਿਆ ਤੇ ਬੇਬੇ ਜੀ ਵੀ ਰੋਣ ਲੱਗ ਪਈ ਫੋਰ ધ ਲਾਸਟ 15 ইয়ার্স सनी ਫਲੂ ਡাউন ਫ্রম ਕੈਨੇਡਾ ఎవਰੀ ইয়ার ਟੂ Meet His Aging Mother ਤੇ ਪਿਛਲੇ 15 ਸਾਲਾਂ ਤੋਂ सनी ਹਰ ਸਾਲ ਕੈਨੇਡਾ ਤੋਂ ਇੰਡੀਆ ਅੰਦਰ ਸੇ ਆਪਣੀ ਮਾਤਾ ਜੀ ਨੂੰ ਮਿਲਣ ਆਪਣੀ ਬੇਬੇ ਜੀ ਨੂੰ ਮਿਲਣ His wife and two young daughters would also travel with him ਤੇ सनी ਦੀ ਵਾਈਫ ਅਤੇ ਉਸ ਦੀਆਂ ਦੋ ਕੁੜੀਆਂ ਉਹ ਵੀ सनी ਦੇ ਨਾਲ ਇੰਡੀਆ ਭਾਰਤ ਆਂਦੀਆਂ ਸਨ They used to spend a lovely time together at their old family house in Talwandi, a village in Punjab. ਤੇ ਜਦੋਂ ਸਨੀ ਆਪਣੇ ਪਰਿਵਾਰ ਦੇ ਨਾਲ ਇੰਡੀਆ ਆਂਦਾ ਸੀ ਤਾਂ ਉਹ ਆਪਣੇ ਪੁਰਾਣੇ ਪਰਿਵਾਰਿਕ ਘਰ ਜੋ ਕਿ ਤਲਵੰਡੀ ਵਿੱਚ ਹੈ ਜੋ ਕਿ ਪੰਜਾਬ ਵਿੱਚ ਇੱਕ ਪਿੰਡ ਹੈ ਉਸ ਵਿੱਚ ਲਵਲੀ ਟਾਈਮ ਹੈ ਉਹ ਸਪੈਂਡ ਕਰਦੇ ਸਨ ਹਿਸ ਐਲਡਰ ਸਿਸਟਰ ਖਾਇਸ਼ ਲਿਵਡ ਨੀਅਰ ਬਾਈ ਇਨ ਲੁਧਿਆਣਾ ਐਂਡ ਸ਼ੀ ਊਡ ਆਲਸੋ ਕਮ ਟੂ ਦਾ ਫੈਮਿਲੀ ਗੈਟ ਟੂਗੇਦਰ ਵਿਦ ਹਰ ਹਸਬੰਡ ਐਂਡ ਸੰਸ ਤੇ ਸਨੀਦੀ ਵੱਡੇ ਪੈਂ ਜਿਸ ਦਾ ਨਾਇ ਖਾਇਸ਼ ਤੇ ਉਹ ਲੁਧਿਆਣੇ ਰਹਿੰਦੀ ਤੇ ਉਹ ਵੀ ਆਪਣੇ ਹਸਬੰਡ ਅਤੇ ਆਪਣੇ ਪੁੱਤਰਾ ਦੇ ਨਾਲ ਉਸ ਪਰਿਵਾਰਿਕ ਘਰ ਵਿੱਚ ਆ ਜਾਂਦੀ ਸੀ ਮੀਨਸ ਕਿ ਪੂਰਾ ਪਰਿਵਾਰ ਇਕੱਠਾ ਹੋ ਜਾਂਦਾ ਸੀ ਬੇਬੇ ਹੈਡ ਬੀਨ ਵੇਟਿੰਗ ਫॉर ਸਨੀ ਟੂ ਕਮ ਐਂਡ ਮੈਨੇਜ ਹਰ ਐਡਮਿਸ਼ਨ ਟੂ ਦਾ ਹਸਪੀਟਲ ਐਂਡ ਸਰਜਰੀ ਤੇ ਬੇਬੇ ਜੀ ਐਸੋਡੀ ਕੁਵਿਟਸਨ ਕਿ ਸਨੀ ਕੈਨੇਡਾ ਤੋਂ ਇੰਡੀਆ ਆਊਗਾ ਤੇ ਉਹਨਾਂ ਨੂੰ ਹਸਪੀਟਲ ਵਿੱਚ ਐਡਮਿਟ ਕਰਾਊਗਾ ਤੇ ਅੱਖਾਂ ਦਾ ਆਪਰੇਸ਼ਨ ਕਰਾਊਗਾ but it was difficult for him to come this year for all the flights had been cancelled due to covid-19 around the world par sanida is saal india aana okkase si, kyunki corona virus karke covid-19 karke saariyan di saariyan flights cancelled san khaish rushed to comfort her mother why are you crying bebe i am there for you te khaish apni mata ji ko apni bebe ji ko lai it usne kya ki bebe ji tusi kyon ro rahe ho main toade naal aan

ਪਰ ਬੇਬੇ ਜੀ ਦਾ ਇਹ ਮੰਨਣਾ ਸੀ ਕਿ ਜੇ ਕੁੜੀਆਂ ਦਾ ਵਿਆਹ ਹੋ ਜਾਂਦਾ ਤਾਂ ਉਹ ਹਸਬੰਡ ਦੀ ਫੈਮਿਲੀ ਨੂੰ ਬਿਲੋਂਗ ਕਰਦੀਆਂ ਹਨ ਸੋ ਸ਼ੀ ਨੇਵਰ ਡਿਸਟਰਬ ਖਾਇਸ਼ ਵਿਦ ਐਨੀ ਰਿਕੁਐਸਟ ਫਾਰ ਹੈਲਪ ਤੇ ਐਸ ਕਰਕੇ ਉਹਨਾਂ ਨੇ ਖਾਇਸ਼ ਨੂੰ ਕਦੇ ਡਿਸਟਰਬ ਨਹੀਂ ਕੀਤਾ ਕਿਸੇ ਵੀ ਕੰਮ ਜਾਂ ਮਦਦ ਦੇ ਲਈ ਖਾਇਸ਼ ਲੁਕਡ ਐਟ ਦਾ ਫੋਨ ਸਕਰੀਨ ਐਂਡ ਸੈਡ ਟੂ ਹਰ ਬ੍ਰਦਰ ਸਨੀ ਐਂਡ ਯੂ ਸਟਾਪ ਵਰਿੰਗ ਟੂ I can take care of baby's eye surgery and we can meet when the flights are allowed again. Have I not looked after you when you were a little kid? ਦੇਖਾਇਸ਼ ਨੇ ਫੋਨ ਦੀ ਸਕਰੀਨ 'ਤੇ ਦੇਖਿਆ ਅਤੇ ਆਪਣੇ ਭਰਾ ਸਨੀ ਨੂੰ ਕਿਹਾ ਤੇ ਤੂੰ ਵੀ ਚਿੰਤਾ ਕਰਨੀ ਛੱਡ ਦੇ ਮੈਂ ਬੇਬੇ ਜੀ ਦੀ ਅੱਖਾਂ ਦਾ ਆਪਰੇਸ਼ਨ ਕਰਾ ਲਾਂਗੀ ਤੇ ਜਦੋਂ ਫਲਾਈਟਸ ਦੁਬਾਰਾ ਸ਼ੁਰੂ ਹੋ ਜਾਣਗੇ ਤੇ ਅਸੀਂ ਫੇਰ ਮਿਲਾਂਗੇ ਕਿ ਮੈਂ ਤੇਰਾ ਖਿਆਲ ਨਹੀਂ ਸੀ ਰੱਖਿਆ ਜਦੋਂ ਤੂੰ ਛੋਟਾ ਬੱਚਾ ਸੀ ਸਨੀ ਰਿਪਲਾਈਡ ਯੈਸ ਦੀਦੀ ਹਾਊ ਕੈਨ ਆਈ ਫੋਰਗੇਟ ਥੈਟ ਆਮ 16 ইয়ারਸ 扬ਗਰ ਦੈਨ ਯੂ ਯੂ ਹੈਵ ਲਵਡ ਮੀ ਨਾਟ ਓਨਲੀ ਐਜ਼ ਐਨ ਐਲਡਰ ਸਿਸਟਰ ਬਟ ਹੈਵ ਆਲਵੇਜ਼ ਟੇਕਨ ਕੇਅਰ ਆਫ ਮੀ ਲਾਈਕ ਅ ਪੇਰੈਂਟ ਤਸਾਨੀ ਨੇ ਕਿਹਾ ਹਾਂ ਦੀਦੀ ਮੈਂ ਕਿਸ ਤਰ੍ਹਾਂ ਭੁੱਲ ਸਕਦਾ ਕਿ ਮੈਂ ਤੁਹਾਡੇ ਤੋਂ 16 ਸਾਲ ਛੋਟਾ ਹਾਂ ਤੇ ਤੁਸੀਂ ਮੈਨੂੰ ਸਿਰਫ ਇੱਕ ਵੱਡੇ ਭੈਣ ਵਾਂਗ ਪਿਆਰ ਨਹੀਂ ਦਿੱਤਾ ਤੁਸੀਂ ਤਾਂ ਮੇਰਾ ਮਾਪਿਆਂ ਵਾਂਗ ਵੀ ਖਿਆਲ ਰੱਖਿਆ ਯੂ ਆਰ ਦ ਵਨ ਟੂ ਟੀਚ ਮੀ ਹਾਊ ਟੂ ਰਾਈਡ ਅ ਬਾਈਸਾਈਕਲ ਆ ਯੂਸਡ ਟੂ ਫਿਨਿਸ਼ ਮਾਈ ਹੋਮਵਰਕ ਔਨ ਟਾਈਮ ਬਿਕਾਜ਼ ਆਫ ਯੂ ਕਿ ਮੈਂ ਸਾਈਕਲ ਸਾਈਕਲ ਚਲਾਉਣਾ ਵੀ ਤੁਹਾਡੇ ਤੋਂ ਹੀ ਸਿੱਖਿਆ ਤੇ ਤੁਹਾਡੇ ਕਰਿਆ ਨਹੀਂ ਮੇਰਾ ਜਿਹੜਾ ਹੋਮਵਰਕ ਹੈ ਸਕੂਲ ਦਾ ਕੰਮ ਹੈ ਉਹ ਸਮੇਂ ਸਿਰ ਹੋ ਜਾਂਦਾ ਸੀ ਬਟ ਦਿਸ ਟਾਈਮ ਇਟ ਇਜ਼ ਡਿਫਰੈਂਟ ਪਰ ਹੁਣ ਹੈ ਜਿਹੜੀ ਗੱਲ ਵੱਖਰੀ ਹੈ ਬੇਬੇ ਊਡ ਨੇਵਰ ਐਗਰੀ ਟੂ ਗੈਟ ਦ ਆਈ ਆਪਰੇਸ਼ਨ ਡਨ ਵੈਨ ਆਈ ऍम ਨਾਟ देयर ਤੇ ਜਦੋਂ ਤੱਕ ਮੈਂ ਨਾ ਆਵਾਂ ਤੇ ਬੇਬੇ ਜੀ ਉਦੋਂ ਤੱਕ ਆਪਣੀਆਂ ਅੱਖਾਂ ਦਾ ਆਪਰੇਸ਼ਨ ਕਰਾਉਣ ਵਾਸਤੇ ਨਹੀਂ ਮੰਨਣਗੇ ਐਂਡ ਆਈ ਫੀਲ ਬੈਡ ਫਾਰ ਹਰ ਬਿਕੋਜ਼ ਸ਼ੀ ਇਸ ਨਾਟ ਏਬਲ ਟੂ ਸੀ ਕਲੀਅਰਲੀ ਤੇ ਮੈਨੂੰ ਬੇਬੇ ਜੀ ਲਈ ਬਹੁਤ ਬੁਰਾ ਫੀਲ ਹੋ ਰਿਹਾ ਕਿਉਂਕਿ ਉਹਨਾਂ ਨੂੰ ਚੰਗੀ ਤਰ੍ਹਾਂ ਕਲੀਅਰ ਨਹੀਂ ਨਹੀਂ ਦਿਖ ਰਿਹਾ ਦਾ ਕੈਟਰੈਟ ਇਨ ਬੋਥ ਹਰ ਆਈਸ ਇਸ ਗੈਟਿੰਗ ਵਰਸ ਉਹਨਾਂ ਦੀਆਂ ਦੋਹਾਂ ਅੱਖਾਂ ਵਿੱਚ ਜਿਹੜਾ ਮੋਤੀ ਹੈ ਉਹ ਮੀਨਸ ਕਿ ਵਰਸ ਹੋ ਰਿਹਾ ਉਹਨਾਂ ਦੀ ਬਿਮਾਰੀ ਵੱਧੇ ਜਾ ਰਹੀ ਹੈ ਉਹਨਾਂ ਨੂੰ ਠੀਕ ਕਲੀਅਰਲੀ ਨਹੀਂ ਦਿਖ ਰਿਹਾ ਸਨੀ ਆਈ ਕੈਨ ਫੀਲ ਯੂਰ ਐਂਗਜ਼ਾਇਟੀ ਬਟ ਡੂ ਨੋਟ ਵਰੀ ਆਈ ਵਿਲ ਗੈਟ ਬੇਬੇਸ ਆਈ ਸਰਜਰੀ ਡਨ ਖਾਇਸ਼ ਐਂਡਡ ਦ ਵੀਡੀਓ ਕਾਲ ਤੇ ਅੰਤ ਵਿੱਚ ਖਾਇਸ਼ ਨੇ ਕਿਹਾ ਸਨੀ ਮੈਂ ਤੇਰੀ ਚਿੰਤਾ ਨੂੰ ਸਮਝ ਸਕਦੀ ਹਾਂ ਪਰ ਤੂੰ ਚਿੰਤਾ ਨਾ ਕਰ ਮੈਂ ਬੇਬੇ ਜੀ ਦੀਆਂ ਅੱਖਾਂ ਦਾ ਆਪਰੇਸ਼ਨ ਕਰਾਵਾਂਗੀ ਇਸ ਤਰ੍ਹਾਂ ਖਾਇਸ਼ ਨੇ ਵੀਡੀਓ ਕਾਲ ਖਤਮ ਕੀਤੀ ਖਾਇਸ਼ ਵਾਸ ਪਲੇਜ਼ਡ ਹੈਵਿੰਗ ਕਨਵਿੰਸਡ ਬੇਬੇ ਫਾਰ ਦ ਆਈ ਸਰਜਰੀ ਵਿਦਆਊਟ ਸਨੀ ਬੀਂਗ ਅਰਾਊਂਡ ਤੇ ਹੁਣ ਖਾਇਸ਼ ਕਾਫੀ ਖੁਸ਼ ਸੀ ਕਿਉਂਕਿ ਉਸਨੇ ਬੇਬੇ ਜੀ ਨੂੰ ਮਨਾ ਲਿਆ ਸੀ ਕਨਵਿੰਸ ਦਾ ਅਰਥ ਹੁੰਦਾ ਮਨਾ ਲਿਆ ਸੀ ਕਿ ਉਹ ਅੱਖਾਂ ਦਾ ਆਪਰੇਸ਼ਨ ਕਰਾ ਲੈਂ ਸੰਨੀ ਤੋਂ ਬਿਗੈਰ ਬੇਬੇ ਨਿਊ ਇਫ ਸ਼ੀ ਵਾਂਟਿਡ ਟੂ ਕੰਟੀਨਿਊ ਲਿਵਿੰਗ ਅਲੋਨ ਹਰ ਆਇਜ਼ ਨੀਡਿਡ ਟੂ ਬੀ ਪਰਫੈਕਟਲੀ ਫਾਈਨ ਤੇ ਬੇਬੇ ਜੀ ਨੂੰ ਪਤਾ ਸਿੱਖੀ ਜੇ ਉਹਨਾਂ ਨੇ ਇਕੱਲੇ ਰਹਿਣਾ ਹੈ ਤਾਂ ਉਹਨਾਂ ਦੀ ਅੱਖਾਂ ਠੀਕ ਹੋਣੀਆਂ ਚਾਹੀਦੀਆਂ ਹਨ ਖਾਇਸ਼ ਗਾਟ ਟੂ ਵਰਕ ਤੇ ਖਾਇਸ਼ ਕੰਮ ਤੇ ਲੱਗ ਗਈ ਕਿਹੜੇ ਕੰਮ ਤੇ ਅੱਖਾਂ ਦੇ ਆਪਰੇਸ਼ਨ ਦੇ ਕੰਮ ਤੇ ਸ਼ੀ ਟਾਕ ਟੂ ਦਾ ਡਾਕਟਰ ਐਂਡ ਫਿਕਸਡ ਐਨ ਅਪਾਇੰਟਮੈਂਟ ਫਾਰ ਦਾ ਆਪਰੇਸ਼ਨ ਤੇ ਉਸਨੇ ਡਾਕਟਰ ਦੇ ਨਾਲ ਗੱਲ ਗੱਲ ਕੀਤੀ ਅਤੇ ਅਪਾਇੰਟਮੈਂਟ ਲਿਆ ਆਪਰੇਸ਼ਨ ਵਾਸਤੇ ਦੈਨ ਸ਼ੀ ਵੈਂਟ ਟੂ ਦਾ ਬੈਂਕ ਟੂ ਵਿਦਡਰਾ ਮਨੀ ਟੂ ਪੇ ਦਾ ਹਸਪੀਟਲ ਬਿਲਸ ਤੇ ਉਸ ਤੋਂ ਬਾਅਦ ਉਹ ਬੈਂਕ ਗਈ ਤੇ ਉਸਨੇ ਹਸਪੀਟਲ ਦਾ ਬਿਲ ਭਰਨ ਲਈ ਪੈਸੇ ਕਢਵਾਏ ਖਾਇਸ਼ ਆਲਸੋ ਗਾਟ ਅ ਸੈਪਰੇਟ ਰੂਮ ਰੈਡੀ ਐਟ ਹੋਮ ਫਾਰ ਹਰ ਕੁਇਕ ਰਿਕਵਰੀ ਤੇ ਖਾਇਸ਼ ਨੇ ਆਪਣੇ ਘਰ ਵਿੱਚ ਇੱਕ ਵੱਖਰਾ ਰੂਮ ਹੈ ਉਹ ਰੈਡੀ ਕੀਤਾ ਆਪਣੇ ਬੇਬੇ ਜੀ ਵਾਸਤੇ ਤਾਂ ਜੋ ਉਹ ਜਲਦੀ ਠੀਕ ਹੋ ਸਕਣ ਛੇਤੀ ਹੀ ਰਿਕਵਰ ਕਰ ਸਕਣ। द ਸਰਜਰੀ ਵਾਸ ਸਕਸੈਸਫੁਲ। ਅੱਖਾਂ ਦਾ ਆਪਰੇਸ਼ਨ ਕਾਮਯਾਬ ਹੋਇਆ। ਖਾਇਸ਼ ਹੈ ਨੇਵਰ ਫੈਲਟ ਸੋ ਹੈਪੀ ਬਿਫੋਰ। ਖਾਇਸ਼ ਇੰਨੀ ਖੁਸ਼ ਕਦੇ ਵੀ ਨਹੀਂ ਸੀ। ਬਟ ਬੇਬੇ ਹੈਡ ਮਿਕਸਡ ਫੀਲਿੰਗਸ। ਪਰ ਬੇਬੇ ਦੇ ਮਨ ਵਿੱਚ ਮਿਕਸਡ ਫੀਲਿੰਗਸ ਐਂਡ ਮਿਕਸਡ ਇਮੋਸ਼ਨਸ ਐਂਡ ਮਿਕਸਡ ਪਾਵਨਾਵਸਨ। ਮਿਕਸਡ ਪਾਵਨਾਵਾਂ ਕਿਉਂ ਸਨ? ਕਿਉਂਕਿ ਉਹਨਾਂ ਨੂੰ ਲੱਗਿਆ ਕਿ ਉਹ ਆਪਣੀ ਕੁੜੀ ਨੂੰ ਪਰੇਸ਼ਾਨ ਕਰ ਰਹੇ ਹਨ। ਸ਼ੀ ਥੋਟ ਆਈ ਐਮ ਪ੍ਰਾਊਡ ਟੂ ਸੀ ਮਾਈ ਡਾਟਰ ਬ੍ਰਿਮਿੰਗ ਵਿਦ ਕੌਨਫੀਡੈਂਸ ਤੇ ਬੇਬੇ ਜੀ ਨੇ ਸੋਚਿਆ ਕਿ ਮੈਨੂੰ ਆਪਣੀ ਧੀ ਤੇ ਮਾਣ ਹੈ ਤੇ ਉਹ ਆਤਮ ਵਿਸ਼ਵਾਸ ਨਾਲ ਕੌਨਫੀਡੈਂਸ ਦੇ ਨਾਲ ਭਰੀ ਹੋਈ ਹੈ ਸ਼ੀ ਪੁੱਟਸ ਆਈ ਡ੍ਰੌਪਸ ਇਨ ਮਾਈ ਆਈਜ਼ ਐਂਡ ਗਿਵਸ ਮੀ ਮੈਡੀਸਿਨਸ ਇਨ ਟਾਈਮ ਉਹ ਮੇਰੀ ਅੱਖਾਂ ਵਿੱਚ ਦਵਾਈ ਵੀ ਪਾਉਂਦੀ ਹੈ ਤੇ ਮੈਨੂੰ ਸਮੇਂ ਸਿਰ ਦਵਾਈਆਂ ਵੀ ਦਿੰਦੀ ਹੈ ਸ਼ੀ ਮੈਨੇਜਸ ਦਾ ਹਾਊਸ ਸੋ ਵੈਲ ਉਹ ਘਰ ਨੂੰ ਬਹੁਤ ਹੀ ਚੰਗੀ ਤਰ੍ਹਾਂ ਸੰਭਾਲਦੀ ਹੈ ਈਵਨ ਹਰ ਸਨਸ ਟੇਕ ਹੈਲਪ ਫਰਮ ਹਰ ਇਨ ਮੈਟਰਸ ਆਫ देयर ਟਰਾਂਸਪੋਰਟ ਬਿਜ਼ਨਸ ਤੇ ਹੁਣ ਖਾਇਸ਼ ਦੇ ਮੁੰਡੇ ਵੀ ਜਿਨ੍ਹਾਂ ਦਾ ਟ੍ਰਾਂਸਪੋਰਟ ਬਿਜ਼ਨਸ ਹੈ ਉਹ ਆਪਣੇ ਬਿਜ਼ਨਸ ਲਈ ਵੀ ਖਾਇਸ਼ ਤੋਂ ਹੈਲਪ ਲੈਂਦੇ ਹਨ ਬਟ ਆਈ ਫੀਲ ਬੈਡ ਅਬਾਊਟ ਬਾਦਰਿੰਗ ਹਰ ਫੈਮਿਲੀ ਵਿਦ ਮਾਈ ਆਈ ਸਰਜਰੀ ਪਰ ਮੈਨੂੰ ਬੁਰਾ ਫੀਲ ਹੋ ਰਿਹਾ ਕਿ ਮੈਂ ਉਸ ਦੀ ਫੈਮਿਲੀ ਨੂੰ ਖਾਇਸ਼ੀ ਫੈਮਿਲੀ ਨੂੰ ਪਰੇਸ਼ਾਨ ਕਰ ਰਹੀ ਹਾਂ ਆਪਣੇ ਹੀ ਆਪਣੀਆਂ ਅੱਖਾਂ ਦੇ ਆਪਰੇਸ਼ਨ ਦੇ ਨਾਲ ਬੇਬੇ ਰਿਕਵਰਡ ਵਿਦੀਨ ਅ ਮੰਥ ਐਂਡ ਡਿਸਾਈਡਡ ਟੂ ਰਿਟਰਨ ਹਰ ਹੋਮ ਤੇ ਬੇਬੇ ਇੱਕ ਮਹੀਨੇ ਵਿੱਚ ਠੀਕ ਹੋ ਗਈ ਉਸ ਨੂੰ ਠੀਕ ਤਰ੍ਹਾਂ ਦਿਸਣ ਲੱਗ ਗਿਆ ਤੇ ਉਸਨੇ ਆਪਣੇ ਘਰ ਵਾਪਸ ਜਾਣ ਦਾ ਫੈਸਲਾ ਕੀਤਾ ਖਾਇਸ਼ ਸੈਟ ਟੂ ਹਰ ਮਦਰ ਵਾਂਸ ਅਗੇਨ ਬੇਬੇ ਪਲੀਜ਼ ਲਿਵ ਹੇਅਰ ਵਿਦ ਅਸ ਆਈ ਵਿਲ ਬੀ ਗਲੇਡ ਟੂ ਗਿਵ ਯੂ ਦ ਸੇਮ ਲਵ ਐਂਡ ਕੇਅਰ ਥੈਟ ਆਈ ਹੈਵ ਗਾਟ ਫਰੋਮ ਯੂ ਤੇ ਖਾਇਸ਼ ਨੇ ਆਪਣੀ ਮਾਤਾ ਜੀ ਨੂੰ ਦੁਆਰਾ ਤੋ ਕਿਹਾ ਬੇਬੇ ਜੀ ਤੁਸੀਂ ਸਾਡੇ ਨਾਲ ਹੀ ਰਹੋ ਤੇ ਮੈਨੂੰ ਬਹੁਤ ਖੁਸ਼ੀ ਹੋਏਗੀ ਤੁਹਾਨੂੰ ਉਨਾ ਹੀ ਪਿਆਰ ਦੇ ਕੇ ਤੁਹਾਡਾ ਉਨਾ ਹੀ ਖਿਆਲ ਰੱਖ ਕੇ ਜਿੰਨਾ ਪਿਆਰ ਤੇ ਧਿਆਨ ਤੁਸੀਂ ਮੇਰਾ ਰੱਖਿਆ ਹੈ ਜਿੰਨਾ ਪਿਆਰ ਤੁਸੀਂ ਸਾਨੂੰ ਦਿੱਤਾ ਬੇਬੇ ਕੁਡ ਨੋਟ ਰਿਫਿਊਜ਼ ਥਿਸ ਟਾਈਮ ਤੇ ਇਸ ਵਾਰ ਬੇਬੇ ਜੀ ਮਨਾ ਨਹੀਂ ਕਰ ਪਾਈ

I am sorry for being partial in the way I treated both Sunny and you. ਤੇ ਬੇਬੇ ਜੀ ਨੇ ਕਿਹਾ ਖੈਸਨੋ ਕਿ ਮੈਨੂੰ ਮਾਫ ਕਰ ਦੇ ਕਿ ਮੈਂ ਪੱਖਪਾਤ ਕੀਤਾ ਤੇਰੇ ਤੇ ਸਨੀ ਦੇ ਵਿੱਚ. Yes, this is my home and I will live here with you, my child. ਹਾਂ ਇਹ ਮੇਰਾ ਹੀ ਘਰ ਹੈ ਤੇ ਇੱਥੇ ਹੀ ਮੈਂ ਤੇਰੇ ਨਾਲ ਰਾਵਾਂਗੀ ਮੇਰੇ ਬੱਚੇ. ਤੇ ਇਸ ਤਰ੍ਹਾਂ ਕਹਾਣੀ ਖਤਮ ਹੋ ਜਾਂਦੀ ਹੈ. ਤੇ ਪਿਆਰੇ ਵਿਦਿਆਰਥੀਓ ਐਸੀ ਇੱਕ ਕਹਾਣੀ ਅ ਫੋਰਗੋਟਨ ਵਿਸ਼ ਜਿਸ ਵਿੱਚ ਅਸੀਂ ਇਹ ਦੇਖਿਆ ਕਿ ਬੇਬੇ ਜੀ ਦੀ ਤੀ ਖਾਇਸ਼ ਨੇ ਕਿਸ ਤਰ੍ਹਾਂ ਬੇਬੇ ਜੀ ਦਾ ਖਿਆਲ ਰੱਖਿਆ ਤੇ ਬੇਬੇ ਜੀ ਨੂੰ ਵੀ ਅੰਤ ਵਿੱਚ ਇਹ ਰਿਅਲਾਈਜ਼ ਹੋਇਆ ਕਿ ਉਹਨਾਂ ਨੂੰ ਸੰਨੀਤੇਬ ਖਾਇਸ਼ ਦੇ ਵਿਚਾਰ ਪੱਖਪਾਤ ਪਾਰਸ਼ੀਅਲਿਟੀ ਨਹੀਂ ਕਰਨੀ ਚਾਹੀਦੀ ਸੀ ਤੇ ਪਿਆਰੇ ਵਿਦਿਆਰਥੀਓ ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਕਹਾਣੀ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ ਹੁਣ ਅਸੀਂ ਕਰਾਂਗੇ ਇਸ ਦੇ ਕੁਐਸਚਨ ਆਨਸਰਸ ਅਤੇ ਐਕਟੀਵਿਟੀ ਸਭ ਤੋਂ ਪਹਿਲਾਂ ਐਕਟੀਵਿਟੀ 2 ਅਸੀਂ ਆਪੋਜ਼ਿਟਸ ਲਿਖਣੇ ਹਨ ਵਿਰੋਧੀ ਸ਼ਬਦ ਲਵਲੀ ਅਗਲੀ ਟੁਗੇਦਰ ਸੈਪਰੇਟ ਕੁਆਇਟ ਕੁਆਇਟ ਦਾ ਅਰਥ ਹੁੰਦਾ ਚੁੱਪ ਲਾਊਡ ਉੱਚੀ ਐਲਡਰ ਵੱਡਾ ਯੰਗਰ ਛੋਟਾ ਹਾਰਡ ਔਖਾ ਈਜ਼ੀ ਸੌਖਾ ਸਟਾਪ ਰੁਕੋ ਰੁਕੋ ਜਾਂ ਰੁਕਣਾ ਸਟਾਰਟ ਸਟਾਰਟ ਦਾ ਅਰਥ ਹੁੰਦਾ ਸ਼ੁਰੂ ਕਰਨਾ ਕ੍ਰਾਈਂਗ ਰੋਣਾ ਲਾਫਿੰਗ ਹੱਸਣਾ ਫੋਰਗੇਟ ਭੁੱਲਣਾ ਰਿਮੈਂਬਰ ਯਾਦ ਕਰਨਾ ਲੱਕੀ ਚੰਗੀ ਕਿਸਮਤ ਹੋਣਾ ਅਨਲੱਕੀ ਮਾੜੀ ਕਿਸਮਤ ਹੋਣਾ ਕੰਫਰਟ ਆਰਾਮ ਡਿਸਕੰਫਰਟ ਪਰੇਸ਼ਾਨੀ ਐਕਟੀਵਿਟੀ 3 ਐਕਟੀਵਿਟੀ 3 ਵਿੱਚ ਅਸੀਂ ਮੇਕ ਸੈਂਟੈਂਸਸ ਵਾਕ ਬਣਾਣੇ ਹਨ ਟੀਅਰਸ ਟੀਅਰਸ ਕੀ ਹੁੰਦਾ ਡ੍ਰੌਪਸ ਆਫ ਵਾਟਰ ਥੈਟ ਕਮ ਫਰਮ ਯੋਰ ਆਈਜ਼ ਵੈਨ ਯੂ ਕ੍ਰਾਈ ਜਿਸ ਨੂੰ ਅਸੀਂ ਕਹਿੰਦੇ ਹੰਝੂ ਦ ਸੈਡ ਸਟੋਰੀ ਬ੍ਰੌਟ ਟੀਅਰਸ ਟੂ ਆਰ ਆਈਜ਼ ਤੇ ਆ ਦੁਖਭਰੀ ਕਹਾਣੀ ਸੁਣ ਕੇ ਸਾਡੀਆਂ ਅੱਖਾਂ ਵਿੱਚ ਹੰਝੂ ਆ ਗਏ ਐਲਡਰ ਐਲਡਰ ਹੁੰਦਾ ਹੈ 올ਡਰ ਪਰਸਨ ਜਾਂ ਵੱਡਾ ਹੀ ਇਜ਼ ਮਾਈ ਐਲਡਰ ਬ੍ਰਦਰ ਕੈਨਸਲ ਕੈਨਸਲ ਦਾ ਅਰਥ ਹੁੰਦਾ ਟੂ ਸਟਾਪ ਸਮਥਿੰਗ ਥੈਟ ਵਾਸ ਪਲਾਨਡ कि किसी चीज से प्लानिंग की बॉडी ही इज सफरिंग फ्रॉम अ डिजीज सर्जरी एंड ऑपरेशन ख्वाइश कन्विंसड बेबे फॉर द आई सर्जरी कॉन्फिडेंट श्योर ऑफ मन एबिलिटीज मींस की विश्वास आत्म विश्वास ही इज अ कॉन्फिडेंट चाइल्ड की एक्टिविटी थ्री हम अगर एक्टिविटी फोर जिस वॉज सनीज फ्लाइट कैंसल सनी फ्लाइट कैंसल क्यों हो गई सनीस फ्लाइट तो सनी फ्लाइट नाइनटीन अराउंड द वर्ल्ड कोविड नाइनटीन मीनस की कोरोना वायरस के कारण सनी फ्लाइट है कैंसल हो गई वेयर वॉज बेबेज ओल्ड फैमिल हाउसटेड बेबेज जी का पुराना परिवारिक घर कितने बेबिस ओल्ड फैमिल हाउस वॉज लोकेट इन तलवं विज इन ਉਨ੍ਹਾਂ ਦਾ ਪੁਰਾਣਾ ਪਰਿਵਾਰਕ ਘਰ ਤਲਵੰਡੇ ਵੇਟ ਸੀ ਜੋ ਕਿ ਪੰਜਾਬ ਵਿੱਚ ਇੱਕ ਪਿੰਡ ਹੈ ਵਾਈ ਡਿਡ ਬੇਬੇ ਨੀਡ ਐਨ ਆਈ ਸਰਜਰੀ ਬੇਬੇ ਜੀ ਨੂੰ ਅੱਖਾਂ ਦੇ ਆਪਰੇਸ਼ਨ ਦੀ ਲੋੜ ਸੀ ਬੇਬੇ ਨੀਡੇਡ ਐਨ ਆਈ ਸਰਜਰੀ ਬਿਕਾਉਜ਼ ਆਫ ਕੈਟਰਾਕ ਇਨ ਬੋਥ ਹਰ ਆਈਸ ਤੇ ਬੇਬੇ ਜੀ ਨੂੰ ਅੱਖਾਂ ਦੇ ਆਪਰੇਸ਼ਨ ਦੀ ਲੋੜ ਸੀ ਕਿਉਂਕਿ ਕਿਉਂਕਿ ਉਹਨਾਂ ਦੀਆਂ ਦੋਹਾਂ ਅੱਖਾਂ ਵਿੱਚ ਮੋਤੀਆ ਸੀ ਹੂ ਗਾਟ ਬੇਬੇਸ ਆਈ ਸਰਜਰੀ ਡਨ ਤੇ ਬੇਬੇ ਜੀ ਦੀਆਂ ਅੱਖਾਂ ਦਾ ਆਪਰੇਸ਼ਨ ਕਿਸ ਨੇ ਕਰਵਾਇਆ ਹਰ ਡਾਟਰ ਖੁਆਇਸ਼ ਗਾਟ ਹਰ ਆਈ ਸਰਜਰੀ ਡਨ ਉਹਨਾਂ ਦੀ ਧੀ ਖਾਇਸ਼ ਨੇ ਉਹਨਾਂ ਦੀ ਅੱਖ ਦਾ ਆਪਰੇਸ਼ਨ ਕਰਵਾਇਆ what does the name khwaish means ਤੇ ਖਾਇਸ਼ ਦਾ ਕੀ ਅਰਥ ਹੈ the name khwaish means wish ਤੇ ਖਾਇਸ਼ ਦਾ ਅਰਥ ਹੁੰਦਾ ਹੈ ਇੱਛਾ ਜਾਂ ਚਾਹ ਤੇ ਸਟੂਡੈਂਟਸ ਐਸੀ ਕਿ ਐਕਟੀਵਿਟੀ 4 ਉਹਨਾਂ ਅਸੀਂ ਕਰਾਂਗੇ ਐਕਟੀਵਿਟੀ 5 ਜਿਸ ਵਿੱਚ ਹੈ ट्रू ਹੈ ट्रू অর ਫਾਲਸ ਸਨੀ ਲਿਵਸ ਇਨ ਲੁਧਿਆਣਾ ਵਿਦ ਬੇਬੇ ਤੇ ਆ ਫਾਲਸ ਹੈ ਕਿਉਂਕਿ ਸਨੀ ਤੇ ਕੈਨੇਡਾ ਵਿੱਚ ਰਹਿੰਦਾ ਹੈ ਖਾਇਸ਼ ਇਜ਼ 16 ইয়ার্স 올ਡਰ ਦੈਨ ਸਨੀ ਤੇ ਆ ट्रू ਹੈ

ਇਹ ਬੇਬੇ ਜੀ ਅੱਖਾਂ ਦੀ ਅੱਖਾਂ ਦੇ ਆਪਰੇਸ਼ਨ ਲਈ ਖੁਸ਼ੀ-ਖੁਸ਼ੀ ਮੰਨ ਗਈ ਤੇ ਫਾਲਸ ਹੈ ਕੋ ਖੁਸ਼ੀ-ਖੁਸ਼ੀ ਨਹੀਂ ਸੀ ਮੰਨੀ ਕਿਉਂਕਿ ਉਸ ਦੀ ਆ ਉਸ ਦੇ ਮਨ ਵਿੱਚ ਮਿਕਸਡ ਫੀਲਿੰਗਸ ਸਨ ਤੇ ਅੱਜ ਅਸੀਂ ਕਾ ਲਿਟਰੇਚਰ ਪਾਰਟ ਹੁਣ ਅਸੀਂ ਕਰਾਂਗੇ ਲਰਨਿੰਗ ਲੈਂਗੁਏਜ ਜਿਸ ਵਿੱਚ ਅਸੀਂ ਗ੍ਰਾਮਰ ਸਿੱਖਾਂਗੇ ਸਭ ਤੋਂ ਪਹਿਲਾਂ ਅਸੀਂ ਸਿੱਖਾਂਗੇ ਪ੍ਰੀਪੋਜੀਸ਼ਨਸ ਤੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਪ੍ਰੀਪੋਜੀਸ਼ਨਸ ਕੀ ਹੁੰਦੇ ਹਨ ਪ੍ਰੀਪੋਜੀਸ਼ਨ ਆਰ ਵਰਡਸ ਦੈਟ ਟੈਲ ਅਸ ਵੇਅਰ ਅ ਨਾਉਨ অর ਅ ਪ੍ਰੋਨౌਨ ਸਟੈਂਡਸ ਇਨ ਰਿਲੇਸ਼ਨ ਟੂ ਅਨਦਰ ਦੇ ਪ੍ਰੈਪੋਜੀਸ਼ਨਸ ਉਹ ਸ਼ਬਦ ਹੁੰਦੇ ਹਨ ਜੋ ਸਾਨੂੰ ਦੱਸਦੇ ਹਨ ਕਿ ਦੋ ਨਾਉਨਸ ਜਾਂ ਪ੍ਰੋਨਾਉਨਸ ਇੱਕ ਦੂਜੇ ਨਾਲ ਕੀ ਸੰਬੰਧ ਰੱਖਦੇ ਹਨ ਜਾਂ ਇੱਕ ਦੂਜੇ ਨਾਲ ਸੰਬੰਧ ਰੱਖਦੇ ਹੋਏ ਨਾਉਨਸ ਜਾਂ ਪ੍ਰੋਨਾਉਨਸ ਕਿੱਥੇ ਸਟੈਂਡ ਕਰਦੇ ਹਨ ਜਿਵੇਂ ਐਗਜ਼ਾਮਪਲ ਕਰਦੇ ਹਾਂ ਉੱਪਰ ਸਾਨੂੰ ਐਗਜ਼ਾਮਪਲਸ ਦਿੱਤੇ ਗਏ ਹਨ ਮਾਈ ਬਰਥਡੇ ਇਸ ਇਨ ਮੇ ਤੇ ਇੱਥੇ ਨਾਉਨਸ ਹਨ ਬਰਥਡੇ ਅਤੇ ਮੇ ਤੇ ਇੱਥੇ ਜਿਹੜਾ ਪ੍ਰੈਪੋਜੀਸ਼ਨ ਹੈ ਉਹ ਹੈ ਇਨ ਕਿ ਮੇਰਾ ਬਰਥਡੇ ਮਈ ਵਿੱਚ ਆਉਂਦਾ ਯੂ ਕੈਨ ਫਾਈਂਡ ਯੋਰ ਹੈਟ ਓਨ ਦਾ ਸ਼ੈਲਫ ਤੇ ਆ ਤੇ ਦੋਹਾਂ ਵਿੱਚ ਕੀ ਰਿਲੇਸ਼ਨ ਹੈ ਕਿ ਹੈਟ ਔਨ ਦਾ ਸ਼ੈਲਫ ਤੇ ਪ੍ਰੀਪੋਜੀਸ਼ਨ ਹੈ ਔਨ ਦਾ ਬਰਡ ਫਲੂ ਓਵਰ ਦਾ ਟਰੀ ਤੇ ਬਰਡ ਵੀ ਨਾਉਨ ਹੈ ਤੇ ਟਰੀ ਵੀ ਨਾਉਨ ਹੈ ਤੇ ਜਿਹੜਾ ਪ੍ਰੀਪੋਜੀਸ਼ਨ ਹੈ ਉਹ ਹੈ ਓਵਰ ਪ੍ਰੀਪੋਜੀਸ਼ਨਸ ਆਰ ਓਫਨ ਪਲੇਸ ਬਿਫੋਰ ਅ ਨਾਉਨ অর ਪ੍ਰੋਨਾਉਨ ਟੂ ਸ਼ੋ ਅ ਪਲੇਸ ਡਾਇਰੈਕਸ਼ਨ অর ਮੈਥਡ ਤੇ ਜਨਰਲੀ ਪ੍ਰੀਪੋਜੀਸ਼ਨਸ ਹੈ ਨਾਉ ਜਾਂ ਪਰ ਨਾਉ ਤੋ ਪਹਿਲਾ ਆਂਦਾ ਹੈ ਤੇ ਸਾਨੂੰ ਪ੍ਰੀਪੋਜੀਸ਼ਨ ਤੋਂ ਨਾਉ ਜਾਂ ਪ੍ਰੋਨਾਉਨ ਦੇ ਬਾਰੇ ਕਲੈਰਿਟੀ ਮਿਲਦੀ ਹੈ ਜਾਂ ਉਸ ਦੀ ਥਾਂ ਦਾ ਪਤਾ ਲੱਗਦਾ ਹੈ ਜਾਂ ਡਾਇਰੈਕਸ਼ਨ ਦਾ ਜਾਂ ਮੈਥਡ ਦਾ ਜਿਵੇਂ ਕਿ ਦਾ ਬਰਡ ਫਲੂ ਓਵਰ ਦਾ ਟ੍ਰੀ ਤੇ ਹੁਣ ਸਾਨੂੰ ਪਤਾ ਲੱਗ ਰਿਹਾ ਕਿ ਜਿਹੜੇ ਆ ਜਿਹੜੀ ਬਰਡ ਹੈ ਉਹ ਟ੍ਰੀ ਦੇ ਉੱਪਰੋਂ ਦੀ ਫਲਾਈ ਕਰ ਰਹੀ ਹੈ ਸਾਨੂੰ ਇਸ ਦੇ ਮੀਨਸ ਕਿ ਪੋਜੀਸ਼ਨ ਦਾ ਪਤਾ ਲੱਗ ਰਿਹਾ ਤੇ ਆ ਤੇ ਸੀਗੇ ਪ੍ਰੇਪੋਜੀਸ਼ਨਸ ਹੁਣ ਅਸੀਂ ਕਰਾਂਗੇ ਐਕਟੀਵਿਟੀ 6 ਚੂਜ਼ ਅ ਕਰੈਕਟ ਪ੍ਰੇਪੋਜੀਸ਼ਨਸ ਫਰਮ ਦਾ ਬ੍ਰੈਕਟ ਐਂਡ ਫਿਲ ਇਨ ਦਾ ਬਲੈਂਕ ਆਈ ਕੈਨ ਨਾਟ ਰਾਈਟ ਵਿਦ ਥਿਸ ਪੈਨਸਿਲ ਹੀ ਇਜ਼ ਗੁੱਡ ਐਟ ਮੈਥਮੈਟਿਕਸ ਦਾ ਬਸ ਮੂਵਸ ਔਨ ਦਾ ਬਿਜ਼ੀ ਰੋਡਸ ਡੂ ਨਾਟ ਲਾਫ ਐਟ ਐਨੀਵਨ ਵੀ ਹੈਵ ਹਰਡ ਅ ਲੋਟ

those who are interested to go should give their names and also a sum of rupees 300 to their class monitors latest by august 1 20-- this to baad activity 8 te is vich toade teacher tondo ek story sunaan ge kahani sunaan ge te tusi is to baad match da columns karne han te asi directly ethe match da columns karde ha my name is amandeep kaur and i love playing football mera na amandeep kaur hai te mainu football khedna bahut pasand hai a girl or a ਔਰ ਆ ਬॉय प्लेਸ ਐਨ ਹੀ स्पोर्ट दे थिंक 온ਲੀ अबाउट विनिंग द ਗੇਮ ਟੂ ਵਿਨ ਤੇ ਜਦੋਂ ਕੋਈ ਕੋਈ ਵੀ ਮੁੰਡਾ ਜਾਂ ਕੁੜੀ ਕੋਈ ਗੇ ਕੋਈ ਸਪੋਰਟ ਜਾਂ ਕੋਈ ਗੇਮ ਖੇਡਦੇ ਹਨ ਤੇ ਉਹ ਐ ਸੋਚਦੇ ਹਨ ਕਿ ਅਸੀਂ ਇਸ ਗੇਮ ਵਿੱਚ ਜਿੱਤਾਂਗੇ ਵੀ 올 ਬੀਕਮ ਗੁੱਡ ਫਰੈਂਡਸ ਬਿਕਾਉਜ਼ ਵੀ ਪਲੇਡ ਟੁਗੇਦਰ ਤੇ ਅਸੀਂ ਸਾਰੇ ਚੰਗੇ ਮਿੱਤਰ ਬਣ ਗਏ ਕਿਉਂਕਿ ਅਸੀਂ ਇਕੱਠੇ ਖੇਡਦੇ ਹਾਂ ਆਈ ਬੀਲੀਵਡ ਐਟ ਸਪੋਰਟਸ ਟੀਚਸ ਰਾਈਟ ਵੇ ਟੂ ਲਿਵ ਤੇ ਮੇਰਾ ਮੰਨਣਾ ਹੈ ਕਿ ਖੇਡ ਸਪੋਰਟਸ ਸਾਨੂੰ ਜੀਵਨ ਜੀਣ ਦਾ ਸਹੀ ਤਰੀਕਾ ਸਿਖਾਉਂਦੇ ਹਨ ਆਈ ਫੈਲ ਫ੍ਰੀਕੁਐਂਟਲੀ ਬਟ ਆਈ ਨੇਵਰ ਗਿਵ ਅਪ ਤੇ ਮੈਂ ਖੇਡਦੇ ਖੇਡਦੇ ਕਈ ਵਾਰੀ ਡਿੱਗੀ ਪਰ ਮੈਂ ਕਦੇ ਹਾਰ ਨਹੀਂ ਮੰਨੀ ਇਨ ਦਾ ਸੇਮ ਵੇ ਵੀ ਮੇਕ ਵੀ ਮੇਕ ਮਿਸਟੇਕਸ ਇਨ ਆਰ ਲਾਈਵਸ ਬਟ ਵੀ ਸ਼ੁੱਡ ਨੇਵਰ ਗਿਵ ਅਪ ਅੰਟਿਲ ਵੀ ਵੀ ਸਕਸੀਡ ਤੇ ਐਸੇ ਤਰ੍ਹਾਂ ਹੀ ਅਸੀਂ ਆਪਣੀ ਲਾਈਫ ਵਿੱਚ ਆਪਣੇ ਜੀਵਨ ਵਿੱਚ ਕਈ ਗਲਤੀਆਂ ਕਰਦੇ ਹਾਂ ਪਰ ਜਦੋਂ ਤੱਕ ਅਸੀਂ ਕਾਮਯਾਬ ਨਾ ਹੋ ਜਾਈਏ ਤੇ ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ ਤੇ ਇਸ ਤੋਂ ਬਾਅਦ ਲਰਨਿੰਗ ਟੂ ਸਪੀਕ ਹੋਮੋਫੋਨਸ ਤੇ ਹੋਮੋਫੋਨਸ ਕੀ ਹੁੰਦਾ ਹੋਮੋਫੋਨਸ ਆਰ ਵਰਡਸ ਥੈਟ ਸਾਊਂਡ ਦਾ ਸੇਮ ਬਟ ਹੈਵ ਡਿਫਰੈਂਟ ਮੀਨਿੰਗਸ ਐਂਡ ਸਪੈਲਿੰਗਸ ਉਹ ਹੋਮੋਫੋਨਸ ਉਹ ਸ਼ਬਦ ਹੁੰਦੇ ਹਨ ਜਿੱਨਾਂ ਦੀ ਸਾਊਂਡ ਤੇ ਇੱਕੋ ਜਿਹੀ ਹੁੰਦੀ ਹੈ ਬਟ ਉਹਨਾਂ ਦੇ ਅਰਥ ਅਲੱਗ-ਅਲੱਗ ਹੁੰਦੇ ਹਨ ਤੇ ਉਹਨਾਂ ਦੀ ਸਪੈਲਿੰਗ ਵੀ ਅਰਥ ਅਲੱਗ-ਅਲੱਗ ਹੁੰਦੇ ਹਨ ਜਿਵੇਂ ਕਿ ਦ ਵਿੰਡ ਬਲੂ ਹਾਰਡ ਐਂਡ ਸਕਾਈ ਵਾਸ ਬਲੂ ਤੇ ਬੀ ਐਲ ਏ ਡਬਲ ਯੂ ਬਲੂ ਦਾ ਅਰਥ ਹੈ ਵਗਦੀ ਸੀ ਤੇ ਬੀ ਐਲ ਯੂ ਇ ਬਲੂ ਦਾ ਅਰਥ ਹੁੰਦਾ ਹੈ ਨੀਲਾ ਪਰ ਉਹਨਾਂ ਦੀ ਸਾਊਂਡ ਆ ਸਿਮਿਲਰ ਇਟ ਵਾਸ ਹੈਲਡ ਐਟ 8 ਇਨ ਦਾ ਮਾਰਨਿੰਗ ਤੇ ਪਹਿਲਾਂ 88 8 ਦਾ ਮਤਲਬ ਹੈ ਖਾਦੀ ਤੇ ਈ ਆਈ ਜੀ ਐਚ ਟੀ 8 ਦਾ ਅਰਥ ਹੁੰਦਾ ਅਰਥ 8 ਤੇ ਦਾ ਦਾ ਕੰਟੈਕਸਟ ਆਫ ਦਾ ਵਰਡ ਕੈਨ ਹੈਲਪ ਯੂ ਡਿਸਾਈਡ ਵਿਚ ਹੋਮੋਫੋਨ ਸ਼ੁੱਡ ਬੀ ਯੂਜ਼ਡ ਤੇ ਹੁਣ ਅਸੀਂ ਵਰ ਸ਼ਬਦ ਦੇ ਸੰਦਰਭ ਵਿੱਚ ਕੰਟੈਕਸਟ ਵਿੱਚ ਇਹ ਦੇਖ ਸਕਦੇ ਆ ਕਿ ਕਿਹੜਾ ਹੋਮੋਫੋਨ ਅਸੀਂ ਯੂਜ਼ ਕਰਨਾ ਹੈ ਤੇ ਜਦੋਂ ਅਸੀਂ ਐਕਟੀਵਿਟੀ 9 ਕਰਾਂਗੇ ਸਾਨੂੰ ਹੋਰ ਜ਼ਿਆਦਾ ਕਲੀਅਰ ਹੋ ਜਾਏਗਾ ਤੇ ਹੁਣ ਐਕਟੀਵਿਟੀ 9 ਵਿੱਚ ਅਸੀਂ ਸਹੀ ਠੀਕ ਹੋਮੋਫੋਨ ਦੀ ਵਰਤੋਂ ਕਰਨੀ ਹੈ ਫਿਲਪ ਦੇ ਵਿੱਚ I ate an egg and two slices of bread for my breakfast yesterday. ते अते ऐसी ate e ate है वो लिखना है क्योंकि अंडा खाया गया। My favorite book is the Jungle Book by Rudyard Kipling. ते B by बाय आना चाहिए था। ते B by बाय द अर्थ उन दा खरीदना। ते अते B by वाला बाय आएगा। Farmers sell their crops at the market. ते S C double L आएगा sell जिस अर्थ उन बेचना। TCWL ਹੁੰਦਾ ਬੈਟਰੀ ਵਾਲਾ ਸੈੱਲ देयर इज नो ਫਲੋਰ ਇਨ ਦਾ ਕੰਟੇਨਰ ਤੇ ਇੱਥੇ ਆਊਗਾ F L O U R ਜਿਸ ਦਾ ਅਰਥ ਹੁੰਦਾ ਆਟਾ ਤੇ F L D O R ਦਾ ਕੀ ਅਰਥ ਹੁੰਦਾ ਉਸ ਦਾ ਅਰਥ ਹੁੰਦਾ ਧਰਤੀ ਜਾਂ ਜ਼ਮੀਨ ਦਾ ਸਟਰੋਂਗ ਡੋਰ ਵਾਸ ਮੇਡ ਅਪ ਆਫ ਸਟੀਲ ਤੇ ਇੱਥੇ ਆਊਗਾ S T E E L ਸਟੀਲ ਹੁੰਦਾ ਇੱਕ ਮੈਟਲ ਹੁੰਦਾ ਸਟੀਲ ਤੇ S T E E L ਸਟੀਲ ਕੀ ਹੁੰਦਾ ਉਸ ਦਾ ਅਰਥ ਹੁੰਦਾ ਚੋਰੀ ਕਰਨਾ ਇਸ ਤੋਂ ਬਾਅਦ ਹੈ ਸ਼ੀ ਬੀਕਮ ਵੀਕ W E A K ਆਫਟਰ ਇਲਨੈਸ ਤੇ W E A K ਵੀਕ ਦਾ ਅਰਥ ਹੁੰਦਾ ਵੀ ਕਮਜ਼ੋਰ ਹੋਣਾ ਤੇ W W E K ਵੀਕ ਦਾ ਕੀ ਅਰਥ ਹੁੰਦਾ ਉਸ ਦਾ ਅਰਥ ਹੁੰਦਾ ਇੱਕ ਹਫਤਾ ਤੇ ਅੱਜ ਸੀਗੀ ਐਕਟੀਵਿਟੀ 9 ਹੁਣ ਅਸੀਂ ਸਿੱਖਾਂਗੇ ਸਲੋਗਨ ਤੇ ਸਲੋਗਨ ਕੀ ਹੁੰਦਾ ਸਲੋਗਨ ਇਜ਼ ਅ ਸ਼ਾਰਟ ਐਂਡ ਅਟਰੈਕਟਿਵ ਫਰੇਜ਼ ਥੈਟ ਹਾਈਲਾਈਟਸ ਅ ਥੀਮ অর ਸੈਂਟਰਲ ਆਈਡੀਆ ਤੇ ਫਰੇਜ਼ ਹੁੰਦਾ ਗਰੁੱਪ ਆਫ ਵਰਡਸ ਕੀ ਛੋਟੇ ਜਿਹੇ ਲਾਈਨਾਂ ਛੋਟੇ ਜਿਹੇ ਥੋੜੇ ਜਿਹੇ ਗਰੁੱਪ ਆਫ ਵਰਡਸ ਲਿਸਟ ਉਸ ਅਨ ਕੋਈ ਥੀਮ ਜਾਂ ਸੈਂਟਰਲ ਆਈਡੀਆ ਕਿਸੇ ਕੇਂਦਰੀ ਪੈ ਆਉਂਦਾ ਪਤਾ ਲੱਗਦਾ ਦਾ ਆਈਡੀਆ ਆਫ ਸਲੋਗਨ ਇਜ਼ ਟੂ ਲੀਵ ਅ ਮੈਸੇਜ ਇਨ ਪੀਪਲਸ ਮਾਈਂਡ ਐਂਡ ਅਟਰੈਕਟ ਥੇਅਰ ਅਟੈਂਸ਼ਨ ਤੇ ਸਲੋਗਨ ਦੇ ਪਿੱਛੇ ਆਈਡੀਆ ਕੀ ਹੁੰਦਾ ਕਿ ਲੋਕਾਂ ਦੇ ਮਨਾਂ ਵਿੱਚ ਕੋਈ ਮੈਸੇਜ ਰਹਿ ਜਾਏ ਜਾਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਵੀ ਸਲੋਗਨ ਦੀ ਵਰਤੋਂ ਕੀਤੀ ਜਾਂਦੀ ਹੈ ਇਟ ਸ਼ੁੱਡ ਬੀ ਈਜ਼ੀ ਟੂ ਰਿਮੈਂਬਰ ਤੇ ਸਲੋਗਨ ਯਾਦ ਰੱਖਣ ਲਈ ਆਸਾਨ ਹੋਣਾ ਚਾਹੀਦਾ ਇਨ ਜਨਰ ਦਾ ਸਲੋਗਨ ਇਜ਼ ਯੂਜ਼ਡ ਫਾਰ ਸਪਰੈਡਿੰਗ ਬਿਜ਼ਨਸ ਸੋਸ਼ੀਅਲ অর ਪੋਲਿਟੀਕਲ ਆਈਡੀਆਜ਼ ਤੇ ਆਪਣੇ ਵਪ ਸਮਾਜਿਕ ਮੁੱਦੇ ਆ ਲੈ ਗਿਆ ਰਾਜਨੀਤੀ ਦੇ ਲਈ ਵੀ ਸਲੋਗਨ ਦੀ ਵਰਤੋਂ ਕੀਤੀ ਜਾਂਦੀ ਹੈ ਹੇਰ ਆ ਫਿਊ ਐਗਜ਼ਾਮਪਲਸ ਤੇ ਸਲੋਗਨਸ ਦੀਆਂ ਕੁਝ ਉਦਾਹਰਨਾਂ ਹਨ ਇੰਡੀਅਨ ਆਰਮੀ ਦਾ ਸਲੋਗਨ ਹੈ ਡੂ ਯੂ ਹੈਵ ਇਟ ਇਨ ਯੂ ਸ਼ਹੀਦ ਭਗਤ ਸਿੰਘ ਜੀ ਦਾ ਸਲੋਗਨ ਸੀਗਾ ਲਿਵ ਲੌਂਗ ਦਾ ਰੈਵੋਲੂਸ਼ਨ ਪੰਜਾਬ ਟੂਰਿਜ਼ਮ ਦਾ ਸਲੋਗਨ ਹੈ ਇੰਡੀਆ ਬਿਗਨਸ ਹੇਰ ਤੇ ਸਲੋਗਨ ਕਿਸ ਤਰ੍ਹਾਂ ਲਿਖਣਾ ਹੁੰਦਾ ਤੇ ਅੰਡਰਸਟੈਂਡ ਹੂ ਯੂ ਆ ਰਾਈਟਿੰਗ ਦਾ ਸਲੋਗਨ ਫੋਰ ਵਟ ਇਜ਼ ਏਅਰ ਏਜ ਬੈਕਗਰਾਉਂਡ ਜੈਂਡਰ ਐਂਡ ਹਾਊ ਯਰ ਸਲੋਗਨ ਇਜ਼ ਰਿਲੇਟਡ ਟੂ ਥੈਮ ਤੇ ਪਹਿਲਾਂ ਤੁਸੀਂ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਤੁਸੀਂ ਸਲੋਗਨ ਕਿਸ ਲਈ ਲਿਖ ਰਹੇ ਹੋ ਜਿਸ ਲਈ ਲਿਖ ਰਹੇ ਹੋ ਉਸ ਦੀ ਕੀ ਉਮਰ ਹੈ ਤੇ ਉਸ ਦਾ ਕੀ ਬੈਕਗ੍ਰਾਉਂਡ ਹੈ ਉਸ ਦਾ ਕਿਹੜਾ ਜੈਂਡਰ ਹੈ ਤੇ ਉਹ ਸਲੋਗਨ ਨਾਲ ਉਹ ਰਿਲੇਟ ਕਿਸ ਤਰ੍ਹਾਂ ਕਰ ਸਕਦਾ ਉਹ ਪਰਸਨ ਜਿਸ ਦੇ ਲਈ ਤੁਸੀਂ ਸਲੋਗਨ ਲਿਖ ਰਹੇ ਹੋ ਕੀਪ ਇਟ ਸ਼ਾਰਟ ਕਿ ਸਲੋਗਨ ਹਮੇਸ਼ਾ ਸ਼ਾਰਟ ਹੀ ਹੋਣਾ ਚਾਹੀਦਾ ਛੋਟਾ ਹੋਣਾ ਚਾਹੀਦਾ ਹਾਈਲਾਈਟ ਦਾ ਮੇਨ ਆਈਡੀਆ ਸਲੋਗਨ ਵਿੱਚ ਉਸ ਦੇ ਮੇਨ ਆਈਡੀਆ ਨੂੰ ਹਾਈਲਾਈਟ ਕੀਤਾ ਜਾਣਾ ਚਾਹੀਦਾ ਟਰਾਈ ਟੂ ਯੂਜ਼ ਮੋਰ ਵਰਬਸ ਤੁਸੀਂ ਤੁਸੀਂ ਕੋਸ਼ਿਸ਼ ਕਰੋ ਕਿ ਸਲੋਗਨ ਵਿੱਚ ਕਿਰਿਆ ਵਰਬ ਦਾ ਯੂਜ਼ ਕਰੋ try to link a pro verb or a well known expression if possible te ho sake taa tussi koi na koi kahavat de vartao karo slogan de vich te activity 9 vich assi karange slogan writing te pehla ta solve kita gaya te etthe assi slogan likh rahe hain everyone can cook kiese dekhne ki pitaji ne vi roti banayi hai te is to sanu ae pata lagda hai ki koi vi roti bana sakda hai te dusra slogan assi dusri photo dekhde hain ki us vich kai lokan ne ik dusre de hath phade hoye ne ਤੇ ਯੂਨਿਟੀ ਜਾਂ ਟੁਗੇਦਰਨੈਸ ਦੇ ਬਾਰੇ ਸਸ ਲੋਗਨ ਬਣ ਸਕਦੇ ਤੇ ਅਸੀਂ ਦੋ ਸਲੋਗਨ ਬਣਾਏ ਨੇ ਟੁਗੇਦਰ ਵੀ ਕੈਨ ਜਾਂ ਯੂਨਿਟੀ ਇਜ਼ ਸਟਰੈਂਥ ਤੇ ਤੁਸੀਂ ਕੋਈ ਵੀ ਇੱਕ ਸਲੋਗਨ ਲਿਖ ਸਕਦੇ ਹੋ ਤੇ ਅਗਲੀ ਪਿਕਚਰ ਵਿੱਚ ਕੁਝ ਬੱਚੇ ਇਕੱਠੇ ਪੜ ਰਹੇ ਨੇ ਤੇ ਕੁੜੀ ਉਸਦੇ ਪੈਰ ਖਰਾਬ ਹਨ ਪਰ ਫਿਰ ਵੀ ਉਹ ਬਾਕੀ ਬੱਚਿਆਂ ਦੇ ਨਾਲ ਪੜ ਰਹੀ ਹੈ ਤੇ ਸਾਰੇ ਬੱਚੇ ਇਕੱਠੇ ਪੜ ਰਹੇ ਹਨ ਤੇ ਸਲੋਗਨ ਹੋ ਸਕਦਾ ਹੈ ਲੈਟਸ ਲਰਨ ਟੁਗੇਦਰ ਤੇ ਅਗਲੀ ਪਿਕਚਰ ਵਿੱਚ ਅਸੀਂ ਇਹ ਦੇਖ ਰਹੇ ਕਿ ਕੁੜੀ ਹੈ ਉਹ ਬਾਕੀ ਕਲਾਸ ਨੂੰ ਕੁਝ ਦੱਸ ਰਹੀ ਹੈ ਤੇ ਪਿੱਛੇ ਟੀਚਰ ਖੜਾ ਤੇ ਇਸ ਤਰ੍ਹਾਂ ਲੱਗ ਰਿਹਾ ਕਿ ਉਹ ਮੋਟੀਵੇਟ ਕਰ ਰਿਹਾ ਨੇ ਬਾਕੀ ਸਟੂਡੈਂਟਸ ਨੂੰ ਤੇ ਇਸ ਦੇ ਅਸਿਸ ਸਲੋਗਨ ਬਣਾ ਸਕਦੇ ਆ ਇਫ ਯੂ ਡ੍ਰੀਮ ਇਟ ਯੂ ਕੈਨ ਡੂ ਇਟ ਜਾਂ ਦੂਜਾ ਜਾਂ ਸ਼ਾਰਟ ਸਲੋਗਨ ਬਣਾਣਾ ਤੇ ਤੁਸੀਂ ਬਣਾ ਸਕਦੇ ਹੋ ਯੂ ਕੈਨ ਡੂ ਇਟ ਕਿ ਇਸ ਤਰ੍ਹਾਂ ਲੱਗ ਰਿਹਾ ਕਿ ਇਸ ਤਰ੍ਹਾਂ ਮੋਟੀਵੇਟ ਕੀਤਾ ਜਾ ਰਿਹਾ ਤੇ ਹੁਣ ਅਸੀਂ ਅਗਲਾ ਅਗਲੀ ਪਿਕਚਰ ਦੇਖਦੇ ਆ ਜਿਸ ਵਿੱਚ ਗਰਲ ਅਤੇ ਬੋਏ ਬੋਰਡ ਦੇ ਵਿੱਚ ਕੁਝ ਦੇਖ ਰਹੇ ਨੇ ਤੇ ਕਿਸੇ ਇਸ ਤਰ੍ਹਾਂ ਲੱਗ ਰਿਹਾ ਵੀ ਕਿਸੇ ਚੀਜ਼ ਤੇ ਫੋਕਸ ਕਰ ਰਹੇ ਨੇ ਇਹ ਹੋ ਸਕਦਾ ਕਿ ਉਹ ਆਪਣੇ ਗੋਲ ਤੇ ਫੋਕਸ ਕਰ ਰਹੇ ਹੋਣ ਤੇ ਇਹਦਾ 슬ੋਗਨ ਬਣ ਸਕਦਾ ਹੈ ਸਟੇ ਫੋਕਸਡ ਜਾਂ ਜੇ ਤੁਸੀ ਕੋਈ ਹੋਰ 슬ੋਗਨ ਬਣਾਣਾ ਹੈ ਕੀਪ ਯਰ એનર્ਜੀ ਫੋਕਸਡ ਔਨ ਯਰ ਗੋਲਸ ਐਂਡ ਡ੍ਰੀम्स